ਪੰਜਾਬ ਹੈਰੀਟੇਜ ਦਾਸਤਾਨ ਨੂੰ ਲੈ ਕੇ ਮੈਂ ਪਹੁੰਚ ਗਿਆ ਵਾਂ ਟਿੱਲਾ ਬਾਬਾ ਗੁਰੂ ਨਾਨਕ ਸਾਹਿਬ ਕਹਾਂਗਾ ਨੂੰ ਮੈਂ ਇਸ ਵਾਸਤੇ ਕਿ ਮੇਨ ਟਿੱਲਾ ਜੋਗੀਆਂ ਤੋਂ ਹਟ ਕੇ ਜਿੱਥੇ ਨੌ ਨਾਥਾਂ ਦੇ ਟੈਂਪਲ ਨੇ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ ਜਿੱਥੋਂ ਚੌਥੀ ਉਦਾਸੀ ਕੱਟਣ ਤੋਂ ਬਾਅਦ ਬਾਬਾ ਜੀ ਵਾਪਸ ਪਹੁੰਚੇ ਕਟਾਸ ਰਾਜ ਤੋਂ ਵਾਪਸ ਆਉਂਦੇ ਹੋਏ ਰਸਤੇ ਦੇ ਵਿੱਚ ਟਿੱਲਾ ਜੋਗੀਆਂ ਪੈਂਦਾ ਸੀ ਔਰ ਥੱਲੇ ਇਹਨਾਂ ਨੇ ਆ ਕੇ ਕਿਆਮ ਕੀਤਾ ਸੀ ਲੇਕਿਨ ਇਹਨਾਂ ਨੂੰ ਬਕਾਇਦਾ ਦਾਵਤ ਦਿੱਤੀ ਗਈ ਔਰ ਇਹਨਾਂ ਵਾਸਤੇ ਥੱਲੇ ਭੇਜੇ ਗਏ ਬੰਦੇ ਭੇਜੇ ਗਏ ਕਿ ਬਾਬਾ ਜੀ ਨੂੰ ਲੈ ਕੇ ਉੱਤੇ ਆਓ ਜਦੋਂ ਬਾਲ ਗੁੰਦਾਈ ਨੇ ਉਹਨਾਂ ਦੇ ਬਾਰੇ ਸੁਣਿਆ ਤਾਂ ਉਹਨਾਂ ਨੇ ਕਿਹਾ ਪੂਰੇ ਇਹਤਰਾਮ ਦੇ ਨਾਲ ਬਾਬਾ ਗੁਰੂ ਨਾਨਕ ਸਾਹਿਬ ਨੂੰ ਉੱਤੇ ਲੈ ਕੇ ਆਇਆ ਜਾਏ ਇਹ ਦਰਵਾਜ਼ਾ ਹੈ ਜਿਹੜਾ ਉਸ ਗੁਰੂ ਘਰ ਨੂੰ ਜਾਂਦਾ ਹੈ ਜਾਂ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਨੂੰ ਜਾਂਦਾ ਸੀ ਜਿੱਥੇ ਕਿ ਬਾਬਾ ਗੁਰੂ ਨਾਨਕ ਸਾਹਿਬ ਆ ਕੇ ਤਸ਼ਰੀਫ ਰੱਖੀ ਜਿੱਥੇ ਬੈਠੇ ਆ ਕੇ ਜਿੱਥੇ ਉਹਨਾਂ ਦੇ ਚਰਨ ਇਸ ਪਾਕ ਧਰਤੀ ਨੂੰ ਆ ਕੇ ਛੂਏ ਸਨ ਇਹ ਉਹ ਜਗ੍ਹਾ ਇਹ ਉਹ ਦਰਵਾਜ਼ਾ ਹੈ ਇੱਥੇ ਪੂਰਾ ਹਾਲ ਬਣਿਆ ਹੋਇਆ ਸੀ ਕਮਰਾ ਸੀ ਬਣਿਆ ਹੋਇਆ ਉਸ ਤੋਂ ਬਾਅਦ ਇਹਦੇ ਨਾਲ ਹੀ ਅਗਰ ਹੈ ਤੁਸੀਂ ਦੇਖੋ ਅਤੇ ਇਸ ਪਾਸੇ ਜਿਹੜਾ ਲੰਗਰਖਾਨਾ ਹੈ ਉਸ ਤੋਂ ਪਿੱਛੇ ਜਿਹੜਾ ਸੀ ਲੰਗਰਖਾਨੇ ਦੀ ਲੰਗਰ ਦੀ ਪਕਾਈ ਹੁੰਦੀ ਸੀ ਇੱਥੇ ਸੰਗਤਾਂ ਜੁੜਦੀਆਂ ਸਨ ਸਲਾਲਾਂ ਮੇਲੇ ਲੱਗਦੇ ਸਨ ਤਮਾਮ ਇੱਕ ਵਾਰੀ ਜਿਹੜਾ ਬੰਦਾ ਜੋਗ ਲੈਂਦਾ ਸੀ ਜਾਂ ਜਿਹੜਾ ਜੋਗੀ ਬਣਦਾ ਸੀ ਉਹਨੂੰ ਸਾਲ ਦੇ 'ਚ ਇੱਕ ਵਾਰੀ ਇੱਥੇ ਹਾਜ਼ਰੀ ਦੇਣਾ ਜਿਹੜਾ ਸੀ ਉਹ ਜ਼ਰੂਰੀ ਸਮਝਿਆ ਜਾਂਦਾ ਸੀ ਕਿਉਂਕਿ ਤਮਾਮ ਦੀ ਤਮਾਮ ਜਿਹੜੀ ਪਰੰਪਰਾ ਸੀ ਜਾਂ ਰਿਵਾਜ਼ ਜਿਹੜਾ ਚੱਲਿਆ ਆ ਰਿਹਾ ਇਹ ਬਾਬਾ ਗੋਰਖਨਾਥ ਤੋਂ ਸ਼ੁਰੂ ਹੋਇਆ ਅਤੇ ਟਿਲ 1947 ਤੱਕ ਬਲਕਿ ਕਿਹਾ ਕੁਛ ਰਵਾਇਤ ਦੇ ਮੁਤਾਬਕ ਕਿਹਾ ਜਾਂਦਾ ਕਿ 1947 ਦੇ ਵਿੱਚ ਜੋਗੀ ਇੱਥੋਂ ਨਹੀਂ ਸੀਗੇ 1948 ਦੇ ਵਿੱਚ ਜਿਹੜੇ ਜੋਗੀ ਨੇ ਉਹਨਾਂ ਨੂੰ ਬਕਾਇਦਾ ਤੌਰ 'ਤੇ ਦੱਸਿਆ ਗਿਆ ਕਿ ਇਹ ਪਾਕਿਸਤਾਨ ਬਣ ਗਿਆ ਹੁਣ ਇੱਥੇ ਇਹਲੇ ਮਾਮਲਾ ਜਿਹੜੇ ਨੇ ਮੁਸ਼ਕਿਲ ਨੇ ਲਿਹਾਜ਼ਾ ਤੁਸੀਂ ਜਿਹੜਾ ਇੱਥੋਂ ਹੁਣ ਕੂਚ ਕਰ ਜਾਓ ਔਰ ਸੁਣਿਆ ਜਾਂਦਾ ਦੱਸਿਆ ਜਾਂਦਾ ਕਿ ਬਹੁਤ ਔਖੇ ਜੋਗੀਆਂ ਨੇ ਆਪਣੇ ਸਥਾਨ ਨੂੰ ਛੱਡਿਆ ਸੀ ਇਸ ਜਗ੍ਹਾ ਨੂੰ ਆਓ ਅੰਦਰ ਚੱਲਦੇ ਹਾਂ ਇਸ ਜਗ੍ਹਾ ਦੇ ਦਰਸ਼ਨ ਕਰਨੇ ਹਾਂ ਇਸ ਜਗ੍ਹਾ ਦਾ ਦੀਦਾਰ ਕਰਨੇ ਹਾਂ ਉਸ ਜਗ੍ਹਾ ਦੀ ਵਿਜ਼ਿਟ ਕਰਨੇ ਹਾਂ ਕਿ ਆਖਿਰ ਕਿਹੜੇ ਕਿਹੜੀ ਕਿੰਨੀਆਂ ਸਦੀਆਂ ਦੇ ਵਿੱਚ ਕੀ ਮਾਮਲਾਤ ਇੱਥੇ ਜਿਹੜੇ ਨੇ ਉਹ ਗੁਜ਼ਰੇ ਸਨ ਜੀ ਮੈਂ ਪਹੁੰਚ ਗਿਆ ਵਾਂ ਉਸ ਦਰ ਦੇ ਉੱਤੇ ਜਿੱਥੇ ਕਿ ਵੱਡੇ ਵੱਡੇ ਬਜ਼ੁਰਗ ਵੱਡੀਆਂ ਵੱਡੀਆਂ ਹਸਤੀਆਂ ਵੱਡੇ ਵੱਡੇ ਨਾਥਪੰਥੀ ਔਰ ਮਾਂ ਦੁਰਗਾ ਔਰ ਸ਼ਿਵ ਸ਼ੰਕਰ ਭੋਲੇਨਾਥ ਬਾਬਾ ਗੁਰੂ ਨਾਨਕ ਸਾਹਿਬ ਗੋਰਖਨਾਥ ਸਿੱਧਨਾਥ ਮਛੰਦਨਾਥ ਔਰ ਸਿੱਧਨਾਥ ਬਾਲਕ ਤਮਾਮ ਨਾਥਪੰਥੀ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਆ ਕੇ ਬੈਠੇ ਇਹ ਉੱਤੇ ਲੱਗਿਆ ਜਿਹੜਾ ਵੰਸ਼ ਹੈ ਜਿਹੜਾ ਦਰਖਤ ਹੈ ਕਹੂ ਦਾ ਦਰਖਤ ਇਹਨੂੰ ਕਿਹਾ ਜਾਂਦਾ ਹੈ ਕਹੂ ਦੇ ਦਰਖਤ ਦੇ ਬਾਰੇ 'ਚ ਇਹ ਕਿਹਾ ਗਿਆ ਕਿ ਇਹਦੇ ਥੱਲੇ ਬੈਠ ਕੇ ਬਾਬਾ ਗੁਰੂ ਨਾਨਕ ਸਾਹਿਬ ਨੇ ਜਿਹੜੀ ਸੀ ਗੋਸ਼ੀ ਕੀਤੀ ਸੀ ਇਸ ਜਗ੍ਹਾ ਦੇ ਉੱਤੇ ਇੱਥੇ ਹੀ ਬਾਬਾ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ ਬਾਬਾ ਗੋਰਖਨਾਥ ਦੀ ਗੱਦੀ ਹੈ ਔਰ ਕੁਛ ਗੱਦੀਆਂ ਨੂੰ ਜਿਹੜਾ ਉਹ ਸ਼ਿਵ ਸ਼ੰਕਰ ਭੋਲੇਨਾਥ ਦੇ ਨਾਲ ਸਿੱਧਨਾਥ ਔਰ ਮਛਿੰਦਨਾਥ ਦੇ ਨਾਲ ਵੀ ਜਿਹੜਾ ਜੋੜਿਆ ਜਾਂਦਾ ਹੈ ਮੈਂ ਥੋੜ੍ਹੀ ਜਿੰਨੀ ਹੋਰ ਲੋ ਪਾਉਂਦਾ ਜਾਵਾਂ ਇਸ ਚੀਜ਼ ਦੇ ਉੱਤੇ ਚਾਨਣ ਪਾਉਂਦਾ ਵਾਂ ਕਿ ਵੀ ਇਹ ਜਿਹੜੀ ਜਗ੍ਹਾ ਔਰ ਇਹ ਜਿਹੜਾ ਅਸਥਾਨ ਹੈ ਇਹਨੂੰ ਸਭ ਤੋਂ ਪਵਿੱਤਰ ਅਸਥਾਨ ਮੰਨਿਆ ਗਿਆ ਟਿੱਲਾ ਜੋਗੀਆਂ ਦਾ ਜਿੱਥੇ ਆਏ ਬਗੈਰ ਕਿਸੇ ਵੀ ਜੋਗੀ ਦੀ ਯੋਗ ਮੁਕੰਮਲ ਨਹੀਂ ਸੀ ਹੁੰਦੀ ਜਾਂ ਯੋਗੀ ਜਿਹੜਾ ਆਉਂਦਾ ਸੀ ਉਹਦੀ ਯੋਗ ਮੁਕੰਮਲ ਨਹੀਂ ਸੀ ਹੁੰਦੀ ਔਰ ਨਾਥਪੰਥੀ ਹੋਣ ਵਾਸਤੇ ਇੱਕ ਵਾਰੀ ਇਸ ਜਗ੍ਹਾ ਦੇ ਦਰਸ਼ਨ ਜਿਹੜੇ ਕਰਨੇ ਸੀ ਉਹ ਜ਼ਰੂਰੀ ਹੁੰਦੇ ਸਨ ਔਰ ਅੱਜ ਅਗਰ ਦੇਖਿਆ ਜਾਏ ਕਿ ਹਿੰਦੁਸਤਾਨ ਦੇ ਅੰਦਰ ਸਭ ਕੰਟੀਨੈਂਟ ਦੇ ਅੰਦਰ ਜਿੰਨੇ ਵੀ ਨਾਥਪੰਥੀ ਲੋਕ ਬੈਠੇ ਹੋਏ ਨੇ ਉਹਨਾਂ ਦਾ ਜੱਦੇ ਅਮਜਦ ਇਹ ਪਵਨ ਅਸਥਾਨ ਹੈ ਇਹ ਜਗ੍ਹਾ ਜਿਹੜੀ ਹੈ ਜਿੱਥੋਂ ਕਿ ਅੰਦਰ ਇੱਥੋਂ ਬੰਦਾ ਜਾਂਦਾ ਸੀ ਅਤੇ ਉਸ ਬੰਦੇ ਨੂੰ ਜੋਗ ਮਿਲਦੀ ਸੀ ਔਰ ਉਹੀ ਬੰਦਾ ਨਾਥਪੰਥੀ ਬਣਦਾ ਸੀ ਇਹ ਜੀ ਗੁਰਦੁਆਰਾ ਪਹਿਲੀ ਪਾਤਸ਼ਾਹੀ ਜਿਹੜੀ ਹੈ ਉਹਦਾ ਲੰਗਰ ਜਿਹੜਾ ਸੀ ਇਸ ਜਗ੍ਹਾ ਦੇ ਉੱਤੋਂ ਸ਼ੁਰੂ ਹੁੰਦਾ ਸੀ ਲੰਗਰ ਹਾਲ ਇਸ ਪਾਸੇ ਸੀ ਔਰ ਲੰਗਰ ਦੀ ਸੇਵਾ
ਇਸ ਪਾਸੋਂ ਆ ਕੇ ਤੇ ਲੰਗਰ ਇਸ ਪਾਸੇ ਵਰਤਾਇਆ ਜਾਂਦਾ ਸੀ। ਗੱਲ ਹੈ ਕਿ ਤੁਸੀਂ ਦੇਖੋ ਕਿ ਇਹ ਇਹਦੇ ਜਿਹੜੇ ਐਵੀਡੈਂਸ ਮਿਲਦੇ ਨੇ ਜਾ ਕੇ ਅਕਬਰ ਬਾਦਸ਼ਾਹ ਦੀ ਜਿਹੜੇ ਦੌਰ ਹੈ ਉਹਦੇ ਮੁਤਲਕ ਜਿਹੜੇ ਨੇ ਦੱਸਿਆ ਜਾਂਦਾ ਕਿ ਇਹ ਜਿਹੜੀਆਂ ਜ਼ਿਆਦਾ ਸੇਵਾ ਜਿਹੜੀਆਂ ਨੇ ਇਸ ਜਗ੍ਹਾ ਦੀਆਂ ਉਹ ਹੋਈਆਂ ਨੇ ਅਕਬਰ ਬਾਦਸ਼ਾਹ ਦੇ ਦੌਰ 'ਚੋਂ, ਜਦੋਂ ਫਾਈਨਲ ਜਿਹੜੀ ਹੈ ਫਿਨਿਸ਼ਿੰਗ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਸਾਰਾ ਕੁਝ ਜੋ ਕੁਛ ਬਣਿਆ ਹੋਇਆ ਹੈ। ਇਹਦੀ ਜਿਹੜੀ ਆਖਰੀ ਮੁਰੰਮਤ ਜਿਹੜੀ ਸੀ ਉਹ ਤਾਂ ਹੋਈ ਹੈ 1935 ਦੇ ਵਿੱਚ, 1935 'ਚ ਕੀਤੀ ਗਈ ਹੈ, ਲੇਕਿਨ ਉਸ ਤੋਂ ਪਹਿਲੇ ਖਾਲਸਾ ਰਾਜ ਦੇ ਵਿੱਚ ਜਿਹੜੇ 48 ਸਾਲ ਗੁਜ਼ਰੇ ਨੇ ਇਹਨਾਂ ਅਸਥਾਨਾਂ ਨੂੰ ਬਹੁਤ ਜ਼ਿਆਦਾ ਦੇਖ ਰੇਖ ਕੀਤੀ ਗਈ ਹੈ ਔਰ ਇਹਨਾਂ ਦੇ ਵਾਸਤੇ ਜਿਹੜੀ ਹੈ ਜਾਗੀਰ ਬਕਾਇਦਾ ਮੁਕਰਰ ਕੀਤੀ ਗਈ ਸੀ ਔਰ ਇੱਥੇ ਜਿਹੜੇ ਨਾਥਪੰਥੀ ਲੋਕ ਸੀ ਉਹਨਾਂ ਨੂੰ ਸਾਲਾਨਾ ਜਿਹੜੀ ਜਾਗੀਰ ਦੇ ਵਿੱਚੋਂ ਹਿੱਸਾ ਵੀ ਦਿੱਤਾ ਜਾਂਦਾ ਸੀ ਔਰ ਰੁਪਇਆ ਪੈਸਾ ਜਿਹੜਾ ਉਹਨਾਂ ਦੇ ਨਾਮ ਦੇ ਉੱਤੇ, ਜਿਹੜੇ ਸਾਧੂ ਸੰਤ ਫਕੀਰ ਸਨ ਉਹਨਾਂ ਦੇ ਨਾਮ ਦੇ ਉੱਤੇ ਕਾਫੀ ਚੀਜ਼ਾਂ ਜਿਹੜੀਆਂ ਸਨ ਉਹ ਪੇਂਟ ਕੀਤੀਆਂ ਜਾਂਦੀਆਂ ਸੀ। ਮਹਾਰਾਜਾ ਰਣਜੀਤ ਸਿੰਘ ਸੈਕੂਲਰ ਰਾਜਾ ਮਹਾਰਾਜਾ ਕਹਿਲਾਇਆ ਪੰਜਾਬ ਦਾ ਔਰ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਕੋਈ ਵੀ ਦੇਵੀ ਸਥਾਨ, ਕੋਈ ਵੀ ਦਰਬਾਰ, ਕੋਈ ਵੀ ਮਸਜਿਦ, ਕੋਈ ਵੀ ਮਦਰਸਾ ਔਰ ਕੋਈ ਵੀ ਮੰਦਿਰ ਜਿਹੜਾ ਉਹ ਖਾਲੀ ਨਹੀਂ ਸੀ ਛੱਡਿਆ। ਉਹਨਾਂ ਦੇ ਨਾਲ ਨਾਲ ਜਿਹੜੇ ਸੀ ਉਹ ਉਹਨਾਂ ਦੀ ਜਾਗੀਰ ਜਾਂ ਉਹਨਾਂ ਨੂੰ ਰੁਪਈਏ ਜਿਹੜੇ ਸਨ ਉਸ ਵੇਲੇ ਦੌਰ ਦੇ ਜਿਹੜਾ ਸਿੱਕਾ ਰਾਇਜੁਲ ਵਕਤ ਸੀ ਉਹ ਦਿੱਤੇ ਜਾਂਦੇ ਸੀ, ਕਿਸੇ ਨੂੰ 100, ਕਿਸੇ ਨੂੰ 50, ਕਿਸੇ ਨੂੰ 200, 300, ਕਿਸੇ ਨੂੰ 500 ਔਰ ਕਿਸੇ ਨੂੰ 2-3 ਹਜ਼ਾਰ ਦੀ ਜਾਗੀਰ ਵੀ ਦਿੱਤੀ ਜਾਂਦੀ ਸੀ। ਸੁਣਿਆ ਕਿ ਇਸ ਜਗ੍ਹਾ ਦੇ ਨਾਮ ਦੇ ਉੱਤੇ ਜਿਹੜੀ ਜਾਗੀਰ ਸੀ ਉਹ 2,000 ਰੁਪਈਆ ਸਲਾਨਾ ਤੋਂ ਉੱਤੇ ਸੀ ਔਰ ਰੁਪਈਏ ਦੀ ਜਿਹੜੀ ਵੈਲਿਊ ਹੈ ਤੁਸੀਂ ਮਤਲਬ ਕਿ ਹੁਣ ਦੇ ਰੁਪਈਏ ਨੂੰ ਕਾਊਂਟ ਨਾ ਕਰੋ, ਉਸ ਵਕਤ ਦਾ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਜਿਹੜਾ ਰੁਪਈਆ ਸੀ 1 ਰੁਪਈਆ $60 ਦੇ ਬਰਾਬਰ ਹੁੰਦਾ ਸੀ, ਜਦਕਿ ਪਾਕਿਸਤਾਨੀ ਕਰੰਸੀ ਨੂੰ ਅੱਜ ਤੁਸੀਂ ਦੇਖੋ ਤਾਂ 106 ਰੁਪਏ ਦਾ $1 ਹੈ ਅਤੇ ਉਹਨੂੰ ਤੁਸੀਂ ਮਲਟੀਪਲਾਈ ਕਰ ਲਵੋ, ਉਹਨੂੰ ਤਕਸੀਮ ਕਰੋ ਤਾਂ ਤੁਹਾਨੂੰ ਪਤਾ ਚੱਲ ਜਾਏਗਾ। ਜੀ ਮੈਂ ਪਹੁੰਚ ਗਿਆ ਮੈਂ ਉਸ ਜਗ੍ਹਾ ਦੇ ਉੱਤੇ ਜਿੱਥੇ ਕਿ ਨਾਥ ਪੰਥੀਆਂ ਵੱਲੋਂ ਬਾਬਾ ਗੁਰੂ ਨਾਨਕ ਸਾਹਿਬ ਨੂੰ ਦਾਵਤ ਦਿੱਤੀ ਗਈ ਸੀ ਕਿ ਤੁਸੀਂ ਸਾਡੇ ਮੰਦਿਰ 'ਤੇ ਆਓ, ਬਾਬਾ ਗੋਰਖ ਨਾਥ ਦੇ ਮੰਦਿਰ 'ਤੇ ਆਓ ਅਤੇ ਇਸ ਜਗ੍ਹਾ ਦੇ ਉੱਤੇ ਹੀ ਉਹ ਪਵਿੱਤਰ ਅਸਥਾਨ ਜਿੱਥੇ ਕਿ ਬਾਬਾ ਗੁਰੂ ਨਾਨਕ ਸਾਹਿਬ ਆ ਕੇ ਠਹਿਰੇ ਸੀ ਔਰ ਇੱਕ ਰਾਤ ਜਿਹੜੀ ਹੈ ਉਹਨਾਂ ਨੇ ਉੱਥੇ ਗੁਜ਼ਾਰੀ। ਲੇਕਿਨ ਇੱਥੇ ਇਸ ਇਹ ਜਿਹੜੇ ਅਸਥਾਨ ਨੇ 9 ਨਾਥਾਂ ਦੇ ਅਸਥਾਨ ਇਹਨੂੰ ਕਿਹਾ ਜਾਂਦਾ ਹੈ, ਜਿਹੜਾ ਜੋੜਿਆ ਜਾਂਦਾ ਅਸਥਾਨ ਸ਼ਿਵ ਸ਼ੰਕਰ ਭੋਲੇਨਾਥ ਜੀ ਅਸਥਾਨ, ਅਸਥਾਨ ਮਾਂ ਅੰਬੇ ਗੌਰੀ ਦੁਰਗਾ ਰਾਣੀ ਔਰ ਅਸਥਾਨ ਬਾਬਾ ਗੁਰੂ ਨਾਨਕ ਨਰਨਕਾਰੀ ਜੀ ਔਰ ਉਸ ਤੋਂ ਬਾਅਦ ਅਸਥਾਨ ਬਾਬਾ ਗੋਰਖਨਾਥ ਜੀ, ਅਸਥਾਨ ਗੁਰੂ ਬਾਬਾ ਮਛਿੰਦਨਾਥ ਜੀ ਔਰ ਉਸ ਤੋਂ ਬਾਅਦ ਗੁਰੂ 9 ਨਾਥੋਂ ਕਾ ਔਰ ਅਸਥਾਨ ਗੁਰੂ ਬਾਬਾ ਸਿੱਧਨਾਥ ਬਾਲਕ ਜੀ ਔਰ ਉਸ ਤੋਂ ਬਾਅਦ ਅਸਥਾਨ ਗੁਰੂ ਬਾਬਾ ਭੈਰੋਨਾਥ, ਭੈਰੋਨਾਥ ਦਾ ਅਸਥਾਨ ਵੀ ਜਿਹੜਾ ਉਹ ਇਸ ਜਗ੍ਹਾ ਦੇ ਉੱਤੇ ਗਿਣਿਆ ਜਾਂਦਾ। ਇੰਝ ਕੁੱਲ ਮਿਲਾ ਕੇ 8 ਔਰ 9 ਜਿਹੜੇ ਸਨ ਬਾਲ ਗੁੰਦਾਈ ਨੂੰ ਜਿਹੜਾ ਉਹ ਗਿਣਿਆ ਜਾਂਦਾ ਅਤੇ 9 ਨਾਥਾਂ ਦਾ ਟੈਂਪਲ ਜਿਹੜਾ ਉਹ ਇਸ ਜਗ੍ਹਾ ਦੇ ਉੱਤੇ ਵੀ ਸਭ ਤੋਂ ਪਵਿੱਤਰ ਦੁਨੀਆ ਦੀ ਜਿਹੜੀ ਨਾਥਪੰਥੀਆਂ ਦੀ ਜਿਹੜੀ ਜਗ੍ਹਾ ਮੈਂ ਉਸ ਜਗ੍ਹਾ 'ਤੇ ਤੁਹਾਨੂੰ ਲੈ ਆਵਾਂ। ਖਵਾ ਉਦਾਸਪੰਥੀ ਹੈ, ਖਵਾ ਨਾਥਪੰਥੀ ਹਨ ਅਤੇ ਖਵਾ ਹਿੰਦੂਇਜ਼ਮ ਵਾਲੇ ਹਨ ਜਾਂ ਮੈਂ ਕਹਾਂਗਾ ਕਿ ਸਿੱਖਇਜ਼ਮ ਜਿਹੜਾ ਤਮਾਮ ਵਾਸਤੇ ਜਿਹੜਾ ਇਹ ਜਗ੍ਹਾ ਜਿਹੜੀ ਹੈ ਬਹੁਤ ਹੀ ਪਾਕ ਅਸਥਾਨ ਹੈ, ਜਿਹੜਾ ਪਵਿੱਤਰ ਅਸਥਾਨ ਹੈ ਇਸ ਜਗ੍ਹਾ ਦੇ ਉੱਤੇ। ਔਰ ਇੱਥੇ ਆ ਕੇ ਹੀ ਬਾਬਾ ਗੁਰੂ ਨਾਨਕ ਸਾਹਿਬ ਨੇ ਪਹਿਲੀ ਵਾਰ ਓਪਨਲੀ ਖੁੱਲ੍ਹ ਕੇ ਜਿਹੜਾ ਸੀ ਨਾਥਪੰਥੀਆਂ ਨੂੰ ਬੁੱਤ ਪੂਜਾ ਤੋਂ ਮਨਾ ਕੀਤਾ ਸੀ, ਮੂਰਤੀ ਪੂਜਾ ਤੋਂ ਮਨਾ ਕੀਤਾ ਸੀ ਔਰ ਇੱਕ ਅੱਲਾ ਦੀ ਇਬਾਦਤ ਦੇ ਉੱਤੇ ਉਹਨਾਂ ਨੂੰ ਉਕਸਾਇਆ ਔਰ ਉਹਨਾਂ ਨੂੰ ਕਿਹਾ ਸੀ ਕਿ ਵੀ ਤੁਸੀਂ ਇੱਕ ਅੱਲਾ ਦੀ ਇਬਾਦਤ ਕਰੋ। ਇਸ ਜਗ੍ਹਾ ਦੇ ਉੱਤੇ ਹੀ ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਨਾਥਪੰਥੀਆਂ ਤੋਂ ਨਾਰਾਜ਼ ਵੀ ਹੋ ਕੇ ਗਏ ਸਨ, ਇਸ ਵਾਸਤੇ ਕਿ ਆਪਣੀ ਚੌਥੀ ਉਦਾਸੀ ਕੱਟਣ ਤੋਂ ਬਾਅਦ ਕਟਾਸ ਰਾਜ ਤੋਂ ਇੱਥੇ ਪਹੁੰਚੇ ਸਨ। ਮੈਂ ਤੁਹਾਨੂੰ ਥੋੜ੍ਹੀ ਦੇਰ ਬਾਅਦ ਗੱਦੀ ਜਿਹੜੀ ਬਾਬਾ ਗੁਰੂ ਨਾਨਕ ਸਾਹਿਬ ਦੀ ਹੈ ਉੱਥੇ ਲੈ ਜਾਵਾਂਗਾ ਕਿ ਜਿੱਥੇ
ਇਹਨਾਂ ਨੇ ਐਸੇ ਅਹਾਤੇ ਦੇ ਅੰਦਰ, ਮੰਦਿਰ ਦਾ ਹਿੱਸਾ ਨਹੀਂ, ਇਸ ਅਹਾਤੇ ਦੇ ਹਿੱਸੇ ਦੇ ਵਿੱਚ ਇੱਕ ਕੋਨੇ ਦੇ ਵਿੱਚ ਜਿਹੜੀ ਹੈ ਉਹਦੇ ਵਿੱਚ ਜਾ ਕੇ ਉਹਨਾਂ ਨੇ ਰਾਤ ਗੁਜ਼ਾਰੀ ਸੀ। ਅਤੇ ਪਹਿਲੇ ਤਾਂ ਜਿਹੜਾ ਮੁਗਲੀਆ ਦੌਰ ਦੇ ਵਿੱਚ ਇੱਥੇ ਛੋਟੀ ਜਿਹੀ ਯਾਦਗਾਰ ਬਣਾਈ ਗਈ ਸੀ, ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਇੱਥੇ ਖੂਬਸੂਰਤ ਔਰ ਉੱਚਾ ਇੱਕ ਦਰਬਾਰ ਬਣਾਇਆ ਗਿਆ ਜਿਹੜਾ ਕਿ ਅੱਜ ਵੀ ਆਪਣੀ ਸ਼ਾਨੋ ਸ਼ੌਕਤ ਜਿਹੜਾ ਉਹ ਵਿਖਾ ਰਿਹਾ ਵੇ। ਇਹ ਜਿਹੜਾ ਪੌਦਾ ਜਿਹਦੇ ਥੱਲੇ ਇਸ ਵੇਲੇ ਮੈਂ ਆ ਕੇ ਖਲੋਤਾ ਆਇਆ ਵਾਂ, ਮੇਰਾ ਨਹੀਂ ਖਿਆਲ ਕਿ ਪਾਕਿਸਤਾਨ ਦੇ ਵਿੱਚ ਇਸ ਤੋਂ ਜ਼ਿਆਦਾ ਪੁਰਾਣਾ ਕਹੂ ਦਾ ਦਰਖਤ ਜਿਹੜਾ ਮੌਜੂਦ ਹੋਵੇ, ਕਿਉਂਕਿ ਐਸੇ ਦਰਖਤ ਦੇ ਥੱਲੇ ਸਤਨਾਥ ਬੈਠੇ ਨੇ, ਐਸੇ ਹੀ ਦਰਖਤ ਥੱਲੇ ਆ ਕੇ ਬਾਬਾ ਗੁਰੂ ਨਾਨਕ ਸਾਹਿਬ ਬੈਠੇ ਨੇ, ਔਰ ਅੱਜ ਵੀ ਇਹਦਾ ਇੱਕ ਇੱਕ ਅੰਗ ਹਰਾ, ਸਿਰਫ ਇੱਕ ਟੋਟਲ ਇੱਕ ਡਾਲ ਜਿਹੜੀ ਹੈ ਇਹਦੀ ਸੁੱਕੀ ਹੈ। ਔਰ ਹੈਰਾਨਕੁਨ ਗੱਲ ਹੈ ਕਿ ਇੰਨਾ ਵੱਡਾ ਕਹੂ ਦਾ ਦਰਖਤ ਜਿਹੜਾ ਕਿ ਵਾਇਲਡ ਓਲਿਵ ਜਿਹਨੂੰ ਕਿਹਾ ਜਾਂਦਾ, ਮੈਂ ਪਾਕਿਸਤਾਨ ਦੇ ਵਿੱਚ ਨਹੀਂ ਦੇਖਿਆ, ਕਿਉਂਕਿ ਮੇਰਾ ਫਲੋਰੀਕਲਚਰ ਔਰ ਹਾਰਟੀਕਲਚਰ ਨਾਲ ਵੀ ਤਲਕ ਹੈ, ਮੈਂ ਇੰਨਾ ਪੁਰਾਣਾ ਦਰਖਤ ਜਿਹੜਾ ਔਰ ਕਿਸੇ ਜਗ੍ਹਾ ਦੇ ਉੱਤੇ ਨਹੀਂ ਦੇਖਿਆ। ਕਿਵੇਂ ਕਿਵੇਂ ਪੰਜਾਬ ਦੀ ਹੈਰੀਟੇਜ, ਕਲਚਰ, ਸਕਾਫਤ ਇਹ ਸਾਰਾ ਕੁਛ ਕਿਵੇਂ ਪਲਟੇ ਖਾਂਦਾ ਰਿਹਾ, ਕਿੱਥੇ ਕਿੱਥੇ ਕਿਹਦਾ ਕੀ ਹੈ, ਮੈਂ ਲੈ ਕੇ ਆਵਾਂਗਾ ਤੁਹਾਡੇ ਸਾਹਮਣੇ। ਮੈਂ ਪਹੁੰਚ ਗਿਆ ਵਾਂ ਅਸਥਾਨ ਬਾਬਾ ਗੁਰੂ ਨਾਨਕ ਸਾਹਿਬ ਦੀਆਂ, ਦਰਬਾਰ ਬਾਬਾ ਗੁਰੂ ਨਾਨਕ ਸਾਹਿਬ। ਮੈਂ ਇਹਦੀ ਰਿਕੁਐਸਟ ਕੀਤੀ ਸੀ ਪੰਥ ਨੂੰ ਕਿ ਇਹਦਾ ਫਰਸ਼ ਜਿਹੜਾ ਥੱਲੋਂ ਉਖੜਿਆ ਹੋਇਆ ਹੈ, ਕੁਛ ਬਰਸਾਤ ਪਿੱਛੇ ਜਦੋਂ 2010 ਦੀਆਂ ਜਾਂ 11 ਦੀਆਂ ਬਰਸਾਤਾਂ ਬਹੁਤ ਜ਼ਿਆਦਾ ਹੋਈਆਂ ਸਨ ਅਤੇ ਬਾਰਿਸ਼ ਦਾ ਪਾਣੀ ਪੈ ਕੇ ਅਤੇ ਇਹਦੀ ਬੁਨਿਆਦ ਜਿਹੜੀ ਹੈ ਉਹ ਖੋਖਲੀ ਹੋ ਗਈ ਹੈ। ਕੁਛ ਸਾਲਾਂ ਬਾਅਦ ਅਗਰ ਇਹਦੀ ਦੇਖ ਰੇਖ ਨਾ ਕੀਤੀ ਗਈ ਤਾਂ ਇਹ ਦਰਬਾਰ ਸਾਹਿਬ ਜਿਹੜਾ ਜ਼ਮੀਨ ਬੋਸ ਹੋ ਜਾਏਗਾ। ਔਰ ਉਸ ਤੋਂ ਬਾਅਦ ਕਿਹਾ ਜਾਏਗਾ ਕਿ ਕਿਸੇ ਨੇ ਸਾਨੂੰ ਦੱਸਿਆ ਨਹੀਂ, ਕਿਸੇ ਨੇ ਗੱਲ ਨਹੀਂ ਕੀਤੀ। ਮੈਂ ਪਹਿਲੇ ਵੀ ਵੀਡੀਓ ਕੀਤੀ ਸੀ ਔਰ ਸੰਗਤ ਨੂੰ ਮੈਂ ਦੱਸਣਾ ਚਾਹਿਆ ਸੀ, ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਇਹ ਕਰਾਈ ਸੇਵਾ ਸੀ ਇਹਦੇ 'ਚ ਇੱਕ ਬਹੁਤ ਪਿਆਰਾ ਦੇਖਿਆ ਜਾਏ ਤਾਂ ਇੱਕ ਚੀਜ਼ ਨਜ਼ਰ ਆਉਂਦੀ ਜਿਹੜੀ ਕਿ ਘੱਟ ਜਗ੍ਹਾ ਦੇ ਉੱਤੇ ਨਜ਼ਰ ਆਉਂਦੀ ਹੈ। ਇਹ ਜਿਹੜੀ ਜੋਤ ਜਗਾਉਣ ਵਾਲੇ ਜਿਹੜੀ ਜਗ੍ਹਾ ਹੈ ਇਹ 10 ਗੁਰੂਆਂ ਦੇ ਨਾਮ ਦੇ ਉੱਤੇ 5 ਇੱਕ ਪਾਸੇ ਬਣੀਆਂ ਹੋਈਆਂ ਨੇ ਔਰ 5 ਦੂਸਰੇ ਪਾਸੇ ਬਣੀਆਂ ਹੋਈਆਂ ਨੇ ਇਹ ਜੋਤ ਜਗਾਉਣ ਵਾਸਤੇ। ਔਰ 11ਵੇਂ ਗੁਰੂ ਗ੍ਰੰਥ ਸਾਹਿਬ ਨੇ ਔਰ 10 ਗੁਰੂਆਂ ਦੇ ਨਾਮ ਦੇ 10 ਜਿਹੜੇ ਦੀਏ ਜਿਹੜੇ ਨੇ ਜੋਤ ਜਿਹੜੀ ਸੀ ਉਹ ਇੱਥੇ ਜਲਾਈ ਜਾਂਦੀ ਸੀ। ਸੁਣਿਆ ਕਿ ਸੰਨ 47 ਤੋਂ ਪਹਿਲੇ ਤੱਕ ਇੱਥੇ ਹੁੰਮ ਹੁਮਾ ਕੇ ਸੰਗਤਾਂ ਆਉਂਦੀਆਂ ਸਨ, ਵੱਡੇ ਮੇਲੇ ਲੱਗਦੇ ਸਨ ਔਰ ਗੁਰੂ ਪੁਰਬ ਦੇ ਉੱਤੇ ਬਹੁਤ ਜ਼ਿਆਦਾ ਰੌਣਕਾਂ ਹੁੰਦੀਆਂ ਸਨ ਇੱਥੇ। ਹੁਣ ਵੀ ਸਿੱਖ ਸੰਗਤ ਦੇ ਵਿੱਚੋਂ ਕੁਝ ਲੋਕ ਆਉਂਦੇ ਨੇ, ਲੇਕਿਨ ਬਹੁਤ ਘੱਟ ਹੀ ਇੱਥੇ ਲੋਕ ਪਹੁੰਚਦੇ ਨੇ, ਕਿਉਂਕਿ ਇਹ ਜਗ੍ਹਾ ਬਹੁਤ ਦੁਸ਼ਵਾਰ ਗੁਜ਼ਾਰ ਹੈ ਕਿ ਇੱਕ ਦਿਨ ਵਿੱਚ ਆ ਕੇ ਇੱਥੋਂ ਵਾਪਸ ਜਾਣਾ ਦਰਕਨਾਰ ਹੈ। ਪੰਜਾਬ ਹੈਰੀਟੇਜ ਦਾਸਤਾਨ ਨੂੰ ਲੈ ਕੇ ਮੈਂ ਇਹ ਜਿਹੜਾ ਦਰਾ ਤੁਹਾਨੂੰ ਦਿਖਾ ਰਿਹਾ, ਇੱਥੋਂ ਸਾਹਮਣੇ ਅਗਰ ਤੁਸੀਂ ਦੇਖਿਆ ਜੇ ਤਾਂ ਪੰਜਾਬ ਦਾ ਵਾਸ ਵਿਊ ਸ਼ੁਰੂ ਹੋ ਜਾਂਦਾ। ਇਨਵੇਡਰ ਸਾਰੇ ਐਸੇ ਰਸਤੇ ਤੋਂ ਥੱਲੇ ਉਤਰਦੇ ਸਨ। ਇਹ ਤੁਸੀਂ ਦੇਖੋ ਕਿ ਇੱਥੋਂ ਰੌਕ ਕੱਟ ਕੀਤੀ ਗਈ ਹੈ ਅਗਲਾ ਵਿਊ ਕਲੀਅਰ ਕਰਨ ਵਾਸਤੇ, ਕਿਉਂਕਿ ਕਿਵੇਂ ਜਿਹੜੇ ਇਨਵੇਡਰ ਸਨ ਕਿਸ ਤਰੀਕੇ ਨਾਲ ਇੱਥੇ ਆਉਂਦੇ ਸਨ ਔਰ ਆ ਕੇ ਇੱਥੇ ਹਮਲਾਵਰ ਹੁੰਦੇ ਸਨ ਅਤੇ ਇਸ ਜਗ੍ਹਾ ਨੂੰ ਇਸ ਲਈ ਕੱਟਿਆ ਗਿਆ। ਔਰ ਇਹ ਤੁਸੀਂ ਦੇਖੋ ਇਹ ਜਗ੍ਹਾ ਤੁਹਾਨੂੰ ਕਮਰਿਆਂ ਦੇ ਕੁਛ ਨਿਸ਼ਾਨ ਨਜ਼ਰ ਆ ਰਹੇ ਨੇ,
ਇੱਥੇ ਬਹੁਤ ਵੱਡਾ ਯਾਤਰੀ ਨਿਵਾਸ ਸੀ ਘੱਟੋ ਘੱਟ ਅਗਰ ਦੇਖਿਆ ਜਾਏ ਤਾਂ ਇੱਥੇ ਤੁਹਾਨੂੰ ਇੱਕ ਮੁਰੱਬੇ ਦੇ ਵਿੱਚ ਫੈਲਿਆ ਹੋਇਆ ਦੂਰ ਤੱਕ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਜਿੱਥੇ ਬਾਰਹਾ ਕਮਰਿਆਂ ਦੇ ਨਿਸ਼ਾਨਾਤ ਨੇ, ਬਾਰਹਾ ਮਕਾਨਾਂ ਦੀਆਂ ਨੀਹਾਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ। ਇਹਦਾ ਮਤਲਬ ਹੈ ਕਿ ਇੱਥੇ ਬਹੁਤ ਜ਼ਿਆਦਾ ਸਾਰੇ ਜੋਗੀ, ਸੰਨਿਆਸੀ ਔਰ ਜਿਹੜੇ ਨਾਥਪੰਥੀ ਲੋਕ ਆਉਂਦੇ ਸਨ ਦੂਰੋਂ ਦੂਰੋਂ, ਉਹਨਾਂ ਦੇ ਠਹਿਰਨ ਵਾਸਤੇ ਇੱਥੇ ਆਰਾਮਗਾਹ ਬਣਾਈਆਂ ਗਈਆਂ ਸੀ ਜਿਨ੍ਹਾਂ ਨੂੰ ਕਿ ਯਾਤਰੀ ਨਿਵਾਸ ਕਿਹਾ ਜਾਂਦਾ ਸੀ। ਇਹ ਹੈ ਦੁਆਰਾ ਬੋਲੇਨਾਥ ਸ਼ਿਵ ਸ਼ੰਕਰ ਜੀ ਦਾ, ਜਿਹੜੇ ਕਿ ਪਹਿਲੀ ਯੋਗ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਯੋਗੀਆਂ ਦੀ ਸ਼ੁਰੂਆਤ ਜਿਹੜੀ ਹੈ ਬੋਲੇਨਾਥ ਸ਼ਿਵ ਸ਼ੰਕਰ ਜੀ ਨੇ ਕੀਤੀ ਹੈ। ਇਹ ਮਹਾਦੇਵ ਦਾ ਟੈਂਪਲ ਹੈ ਔਰ ਮਹਾਦੇਵ ਦਾ ਵੀ ਮੰਦਿਰ ਕਿਹਾ ਜਾਂਦਾ, ਉਹਨਾਂ ਨੂੰ ਗੋਰਖਨਾਥ ਦੇ ਮੰਦਿਰ ਤੋਂ ਵੀ ਜਾਣਿਆ ਜਾਂਦਾ ਹੈ। ਦੋਵਾਂ ਨਾਵਾਂ ਤੁਹਾਨੂੰ ਜਾਣਿਆ ਜਾਂਦਾ, ਲੇਕਿਨ ਇੱਕ ਮੂਰਤੀ ਅਸਥਾਨ ਤੋਂ ਸਾਬਤ ਹੁੰਦਾ ਕਿ ਇਹ ਮਹਾਦੇਵ ਦਾ ਇੱਥੇ ਇੱਕ ਇਕੱਲਾ ਮੰਦਿਰ ਹੈ ਜਿੱਥੇ ਦੀ ਦਾਵਤ ਦਿੱਤੀ ਗਈ ਸੀ ਬਾਬਾ ਗੁਰੂ ਨਾਨਕ ਸਾਹਿਬ ਨੂੰ ਕਿ ਤੁਸੀਂ ਇੱਥੇ ਆਓ ਔਰ ਇੱਥੇ ਆ ਕੇ ਤੁਸੀਂ ਬੈਠੋ, ਸਾਡੇ ਨਾਲ ਆ ਕੇ ਬੈਠ ਕੇ ਗੱਲਬਾਤ ਕਰੋ, ਜਿੱਥੇ ਉਹਨਾਂ ਨੇ ਇੱਕ ਅੱਲਾ ਦਾ ਪ੍ਰਚਾਰ, ਇੱਕ ਓਨਕਾਰ ਦਾ ਪ੍ਰਚਾਰ ਔਰ ਤਮਾਮ ਸਫ਼ਰ ਦੇ ਵਿੱਚ ਉਹਨਾਂ ਦੇ ਨਾਲ ਮੌਜੂਦ ਸਨ ਬਾਬਾ ਮਰਦਾਨਾ ਜੀ, ਬਾਈ ਮਰਦਾਨਾ ਜੀ ਉਹਨਾਂ ਦੇ ਪੂਰੇ ਸਫ਼ਰ ਦੇ ਵਿੱਚ ਉਹਨਾਂ ਦੇ ਨਾਲ ਮੌਜੂਦ ਸਨ। ਔਰ ਇਹ ਹੈ ਉਹ ਮੰਦਿਰ ਜਿਹੜਾ ਕਿ ਉਸ ਵੇਲੇ ਵੀ ਮੌਜੂਦ ਸੀ ਐਸੇ ਸ਼ਕਲ ਦੇ ਵਿੱਚ ਜਦੋਂ ਬਾਬਾ ਗੁਰੂ ਨਾਨਕ ਸਾਹਿਬ ਇੱਥੇ ਆਏ, ਕਿਉਂਕਿ ਨਾਥਪੰਥੀਆਂ ਦਾ ਇਹ ਅਗਰ ਡੇਰਾ ਦੇਖਿਆ ਜਾਏ ਤਾਂ ਬਹੁਤ ਹੀ ਪੁਰਾਣਾ ਹੈ। ਇਹਨੂੰ ਘੱਟੋ ਘੱਟ ਜਿਹੜਾ 1700 ਤੋਂ 1900 ਸਾਲ ਤੱਕ ਗਿਣਿਆ ਜਾਂਦਾ, ਜਿੱਥੇ 1700 ਤੋਂ 1900 ਜਿਹੜੀਆਂ ਸਦੀਆਂ ਨੇ ਇਸ ਜਗ੍ਹਾ ਨੇ ਦੇਖੀਆਂ ਨੇ। ਔਰ ਅੱਜ ਇਹ ਜਿਹੜੀ ਜਗ੍ਹਾ ਜਿਹੜੀ ਹੈ ਬਿਲਕੁਲ ਵੀਰਾਨ ਔਰ ਬਿਲਕੁਲ ਉਜਾੜ, ਜਿੱਥੇ ਕਦੀ ਕੁੰਭ ਦੇ ਮੇਲੇ ਲੱਗਦੇ ਸਨ, ਕਦੀ ਸੰਗਤਾਂ ਜੁੜਦੀਆਂ ਸਨ, ਕਦੇ ਪੂਰੀ ਦੁਨੀਆਂ ਦੇ ਉੱਤੋਂ ਜੋਗੀ ਇੱਥੇ ਇਕੱਠੇ ਹੋ ਕੇ ਆਉਂਦੇ ਸਨ, ਕੋਈ ਯੋਗ ਲੈਣ ਲਈ ਆਉਂਦਾ ਸੀ ਤੇ ਕੋਈ ਆਪਣੇ ਗੁਰੂਆਂ ਦੇ ਦਰਸ਼ਨ ਕਰਨ ਲਈ ਆਉਂਦਾ ਸੀ। ਅੱਜ ਇਹਦਾ ਪੁਰਸਾਨ ਹਾਲ ਕੋਈ ਨਹੀਂ ਹੈ, ਨਾ ਤਾਂ ਇੱਥੇ ਸਿੱਖ ਸੰਗਤ ਕੋਈ ਸੇਵਾ ਕਰਵਾ ਰਹੀ ਹੈ ਔਰ ਨਾ ਹੀ ਇੱਥੇ ਕੋਈ ਹਿੰਦੂ ਸੰਗਤ ਕੋਈ ਸੇਵਾ ਕਰਵਾ ਰਹੀ ਹੈ। ਮੇਰੀ ਰਿਕੁਐਸਟ ਹੈ ਵੀਕਿਊ ਟਰੱਸਟ ਕੋਲੋਂ, ਮੇਰੀ ਰਿਕੁਐਸਟ ਹੈ ਖਾਲਸਾ ਪੰਥ ਕੋਲੋਂ, ਮੇਰੀ ਰਿਕੁਐਸਟ ਹੈ ਨਾਥਪੰਥੀਆਂ ਕੋਲੋਂ, ਮੇਰੀ ਰਿਕੁਐਸਟ ਹੈ ਹਿੰਦੂਇਜ਼ਮ ਕੋਲੋਂ ਕਿ ਵੀ ਇਹਨਾਂ ਜਗ੍ਹਾ ਨੂੰ ਬਚਾਇਆ ਜਾਏ, ਇਹਨਾਂ ਜਗ੍ਹਾ ਦੀ ਜਿਹੜੀ ਹੈ ਸੇਵਾ ਸੰਭਾਲ ਦੁਬਾਰਾ ਤੋਂ ਕੀਤੀ ਜਾਏ ਤਾਂ ਕਿ ਇਹ ਸਥਾਨ ਇੱਥੋਂ ਖਤਮ ਨਾ ਹੋ ਜਾਣ, ਸਾਡਾ ਕੀਮਤੀ ਪੰਜਾਬ ਹੈਰੀਟੇਜ ਦਾਸਤਾਨ ਕਿਤੇ ਇੱਥੇ ਰੁਕ ਨਾ ਜਾਵੇ। ਮੈਂ ਔਰ ਮਿਰਜ਼ਾ ਸਾਹਿਬ ਪਹੁੰਚ ਗਏ ਹਾਂ ਨਾਥਪੰਥੀਆਂ ਦੇ ਤ੍ਰਿਮੂਰਤੀ ਟੈਂਪਲ ਦੇ ਉੱਤੇ ਪਹੁੰਚ ਗਏ ਹਾਂ ਔਰ ਅਸੀਂ ਪਹੁੰਚੇ ਹੋਏ ਹਾਂ ਟਿੱਲਾ ਜੋਗੀਆਂ। ਅਸੀਂ ਯੋਗ ਲੈ ਲਈਏ ਲੇਕਿਨ ਅੱਧੀ ਅੱਧੀ ਲਈ ਹੈ, ਅੱਧੀ ਮਿਰਜ਼ਾ ਸਾਹਿਬ ਨੂੰ ਮਿਲੀ ਹੈ ਯੋਗ ਔਰ ਅੱਧੀ ਮੈਨੂੰ ਯੋਗ ਮਿਲੀ ਹੈ। ਮੈਂ ਕਹਾਂਗਾ ਪੰਜਾਬ ਹੈਰੀਟੇਜ ਦਾਸਤਾਨ ਦੇ ਪ੍ਰੋਗਰਾਮ ਦੀ ਵਜ੍ਹਾ ਨਾਲ ਅਸੀਂ ਖੁਸ਼ ਨਸੀਬ ਹਾਂ ਕਿ ਅਸੀਂ ਰਲ ਕੇ ਇਹ ਪ੍ਰੋਜੈਕਟ ਕਰ ਰਹੇ ਹਾਂ ਔਰ ਇਸ ਜਗ੍ਹਾ ਦੇ ਉੱਤੇ ਅਸੀਂ ਇਕੱਠੇ ਖਲੋਤੇ ਹੋਏ ਹਾਂ। ਔਰ ਮੈਂ ਕਹਾਂਗਾ ਕਿ ਇਹ ਰਸਤਾ ਔਰ ਇਸ ਚੀਜ਼ ਦਿਖਾਉਣ ਦੇ ਵਿੱਚ ਮਿਰਜ਼ਾ ਸਾਹਿਬ ਦਾ ਬਹੁਤ ਵੱਡਾ ਹੱਥ ਹੈ। ਮੈਂ ਇਹਨਾਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਮਿਰਜ਼ਾ ਸਾਹਿਬ ਨੇ ਜਿਹੜਾ ਹਰ ਮੋੜ ਦੇ ਉੱਤੇ ਜਿਹੜਾ ਮੇਰਾ ਤਾਬੁਨ ਕੀਤਾ ਟਿੱਲਾ ਜੋਗੀਆਂ ਦੇ ਪ੍ਰੋਗਰਾਮ 'ਤੇ।